गाइस की आज सदर सर क्या एड हम होंगे कैवी मान लॉन्ग टाइम नो सी भाई दा बहुत ही प्यारा जा गीत आया। इट्स अ रोमांटिक ट्रैक, ठीक है जी। म्यूजिक बाय जेपी बीट्स मिक्स ट्रांस टेरेंस रूइज मास्टर डायरेक्ट बेंजामिन लेस्टाक। सच्ची मात कुड़े जिवें रशना में सारी रात कुड़े सारी रात सानू हुण नींद भी ना आवे बैठा तारिया ना पावा तेरी बात कुड़े बातां सारियां नी दस लैण ते हत्थां विच फड़ हत्थ लैण ते चिरां बाद अज होए ने दीदार सानू रज के तां तक लैण ते ਚਿਰਾਂ ਬਾਅਦ ਤਾਂ ਕਹਿੰਦਾ ਦੀਦਾਰ ਹੋਏ ਨੇ ਸਾਨੂੰ ਰੱਜ ਕੇ ਤਾਂ ਤੱਕ ਲੈਣ ਦੇ ਓਏ ਹੋਏ ਹੋਏ ਜੋ ਹੋਏ ਨੇ ਦੀਦਾਰ ਸਾਨੂੰ ਰੱਜ ਕੇ ਤਾਂ ਤੱਕ ਲੈਣ ਦੇ ਨੀ ਪਾਏ ਜਿਹੜੇ ਜ਼ੁਲਫਾਂ ਦੇ ਜਾਲ ਨੀ ਮੇਰਾ ਬੁਰਾ ਕਰਦੇ ਨੇ ਹਾਲ ਨੀ ਉਹ ਜਾਨ ਕੱਢ ਲੈ ਗਿਆ ਯਾਰ ਥੋੜੀ ਜਿਹੀ ਕਲੈਪ ਜ਼ੋਰ ਕੇ ਵੱਜ ਰਹੀ ਹੈ ਬਾਕੀ ਮਿਕਸ ਮਾਸਟਰ ਬਹੁਤ ਪਿਆਰਾ ਸੁਣਿਆ ਮੈਂ ਨੈਣਾ ਚੋਂ ਨਜਾਇਜ ਵੇਖਦੀ ਸਾਨੂੰ ਕੀ ਹੁਣ ਖੜ ਜਾਓ ਸੁਣਿਆ ਮੈਂ ਨੈਣਾ ਚੋਂ ਨਜਾਇਜ ਵੇਖਦੀ ਨੈਣਾ ਚੋਂ ਨਜਾਇਜ ਵੇਖਦੀ ਰੋਕੀ ਨਾ ਤੂੰ ਅੱਜ ਫਿਰ ਡੱਕ ਲੈਣ ਤੇ ਯਾਰ ਇਸ ਗਾਣੇ ਦਾ ਨਾ ਇੱਕ ਜਿਵੇਂ ਉਹ ਕਪਲ ਵਾਲੀ ਵੀਡੀਓ ਨੀ ਹੁੰਦੀ ਯਾਰ ਜਿਵੇਂ ਉਹਦੀ ਹਰਮਨ ਹੁੰਦਰ ਹੋਰਾਂ ਨੇ ਬਣਾਈ ਸੀ ਇੱਕ ਗੁਲਾਬੀ ਜਿਹੇ ਰੰਗ ਦੀ, ਠੀਕ ਹੈ, ਟ੍ਰੇਨ 'ਚ ਚੱਲ ਰਿਹਾ ਜਿਵੇਂ ਅਸ ਦੀ ਵੀਡੀਓ ਸੀਗੀ ਹਾਸੇ ਮਜ਼ਾਕ ਵਾਲੀ ਨੋਰਮਲ ਜਸਟ ਹੈ ਨਾ ਕਪਲ ਜੀ ਵਾਲ ਉੱਦਾਂ ਦੀ ਵੀਡੀਓ ਬੜੀ ਸੋਹਣੀ ਬਣ ਸਕਦੀ ਸੀਗੀ। ਜਿਵੇਂ ਇੱਕ ਕੁੜੀ ਇੱਕ ਮੁੰਡਾ ਉਹਦਾ ਥੋੜ੍ਹਾ ਪਾਸਟ ਰਿਲੇਸ਼ਨ ਆ ਉਹਨਾਂ ਦਾ, ਠੀਕ ਹੈ, ਪਹਿਲਾਂ ਤੋਂ ਚੱਲ ਰਹੇ ਨੇ ਥੋੜ੍ਹੇ ਨਾਰਾਜ਼ ਆ ਇੱਦਾਂ ਕਰਕੇ ਕੁਛ ਹੈ ਨਾ, ਕੁੜੀ ਅੱਗੇ ਅੱਗੇ ਚੱਲ ਰਹੀ ਨਾਰਾਜ਼ ਨੇ ਉਹ ਇੱਕ, ਮਤਲਬ ਮੁੰਡੇ ਤੋਂ ਕੁੜੀ ਨਾਰਾਜ਼ ਆ ਜਾਂ ਕੁੜੀ ਸੋ ਇੱਦਾਂ ਦੇ ਮੁੰਡੇ ਵੱਲੋਂ ਆਉਣਾ ਗਾਣਾ ਸੋ ਕੁੜੀ ਨਾਰਾਜ਼ ਆ ਥੋੜ੍ਹੀ ਜਿਹੀ, ਤਾਂ ਮੁੰਡਾ ਪਿੱਛੇ ਪਿੱਛੇ ਉਹਦੇ ਚੱਲ ਰਿਹਾ ਅਤੇ ਕੁੜੀ ਨੂੰ ਪਤਾ ਵਾ ਦੇਖ ਰਿਹਾ ਅਤੇ ਉਹ ਖੁਸ਼ ਵੀ ਉਹਨੂੰ ਦੇਖ ਕੇ, ਪਰ ਉਹ ਹਲਕੀ ਜਿਹੀ ਨਾਰਾਜ਼ ਵਾ। ਸੋ ਇੱਦਾਂ ਦੀ ਬੜੀ ਸੋਹਣੀ ਵੀਡੀਓ ਬਣ ਸਕਦੀ ਸੀ। ਚਿਰਾਂ ਬਾਅਦ ਅੱਜ ਹੋਏ ਨੇ ਦੀਦਾਰ ਸਾਨੂੰ ਰੱਜ ਕੇ ਤਾਂ ਤੱਕ ਲੈਣ ਦੇ ਤੈਨੂੰ ਬਾਹੋਂ ਫੜ ਰੋਕ ਤਾਂ ਲਵਾਂ ਰੱਖੇ ਨੱਕ ਤਾਂ ਹੱਕ ਲੈਣ ਦੇ ਪੱਕੀ ਗੱਲ ਚਿਰਾਂ ਬਾਅਦ ਅੱਜ ਹੋਏ ਨੇ ਦੀਦਾਰ ਸਾਨੂੰ ਰੱਜ ਕੇ ਤਾਂ ਤੱਕ ਲੈਣ ਦੇ ਤੂੰ ਬੈਠ ਬਸ ਕੋਲ ਮੇਰੇ ਦੂਰ ਹੁਣ ਜਾਈ ਨਾ ਹੱਥ ਕੇਰਾ ਫੜ ਲੈ ਤੇ ਮੁੜ ਕੇ ਛਡਾਈ ਨਾ ਕਰਨਾ ਤੂੰ ਇਹ ਤਾਂ ਜਸਟ ਮਤਲਬ ਮੈਂ ਆਪਣੇ ਵੱਲੋਂ ਇੱਕ ਸਲਾਹ ਦੇ ਰਿਹਾ ਇਹ ਤਾਂ ਹੋ ਸਕਦਾ ਸੀ ਨਾ ਤੂੰ ਬੈਠ ਬਸ ਮੇਰੇ ਕੋਲ ਦੂਰ ਜਾਈ ਨਾ ਜਾਈ ਨਾ, ਠੀਕ ਹੈ। ਸੋ ਇੱਦਾਂ ਕਰਕੇ ਹਲਕੀ ਜਿਹੀ ਲਾਸਟ ਪੈਰੇ 'ਚ ਹਲਕੀ ਜਿਹੀ ਵੇਰੀਏਸ਼ਨ ਕਰ ਸਕਦੇ ਸੀਗੇ ਇਫ ਦੇ ਵਾਂਟਡ, ਬਟ ਨਾਈਸ ਹੈ ਮੇਰੇ ਦੂਰ ਹੁਣ ਜਾਈ ਨਾ ਹੱਥ ਕੇਰਾ ਫੜ ਲੈ ਤੇ ਮੁੜ ਕੇ ਛਡਾਈ ਨਾ ਕਰਨਾ ਤੂੰ ਘੇਰ ਬਾਕੀ ਆਪੇ ਨਹੀਂ ਮੈਂ ਦੇਖ ਲੂੰ ਤੇਰੇ ਹੁੰਦੇ ਬੱਲੀਏ ਨਹੀਂ ਬਸ ਘਬਰਾਈ ਨਾ ਤੂੰ ਬਿੱਲੋ ਕਿਸੇ ਕੀਮਤੀ ਸਜਾਤ ਵਰਗੀ ਦਿਲ ਵਿੱਚ ਸਾਂਭ ਮੈਨੂੰ ਰੱਖ ਲੈਣ ਦੇ ਚਿਰਾਂ ਬਾਅਦ ਅੱਜ ਹੋਏ ਨੇ ਦੀਦਾਰ ਸਾਨੂੰ ਰੱਜ ਕੇ ਤਾਂ ਤੱਕ ਲੈਣ ਦੇ ਯਾਰ। ਗੈਵੀ ਦੀ ਵੋਕਲਸ ਡੇ ਬਾਈ ਡੇ ਬੜੀਆਂ ਕੈਂਟ ਹੋ ਰਹੀਆਂ। ਗੈਵੀ ਐਕਚੁਅਲ 'ਚ ਮੈਂ ਕਹੂੰਗਾ ਬਾਈ ਨੂੰ ਬ੍ਰੋ ਇੱਦਾਂ ਦੇ ਟਰੈਕ ਕਰ, ਹੋਰ ਇੱਕ ਸੈਡ ਟਰੈਕ ਲਿਆ ਇੱਦਾਂ ਦੀ ਵੋਕਲਸ ਹੀ ਰੱਖ, ਕੰਪੋ ਥੋੜ੍ਹੀ ਜਿਹੀ ਹੋਰ ਮੈਲੋਡੀਸ ਰੱਖ ਸਕਦੇ ਹੋ ਤੁਸੀਂ
ਅਤੇ ਬਹੁਤ ਬਹੁਤ ਕਮਾਲ ਦੀ ਚੀਜ਼ ਬਣ ਸਕਦੇ ਹੋ। ਉਹਨੂੰ ਲੋਫੀ ਟੱਚ ਦੇ ਦਿਓ ਹਲਕਾ ਜਿਹਾ, ਇੱਕ ਨੋਰਮਲ ਵਰਜ਼ਨ ਇੱਕ ਲੋਫੀ ਵਰਜ਼ਨ ਰਿਲੀਜ਼ ਕਰ ਦਿਓ, ਗਾਣਾ ਪੱਕਾ ਪਿੱਕ ਹੋਏਗਾ, ਯਾਦ ਰੱਖਿਓ। ਅਤੇ ਬਹੁਤ ਸੋਹਣਾ ਗਾਣਾ, ਬਹੁਤ ਪਿਆਰਾ ਗੀਤ, ਲਿਰਿਕਸ ਬਹੁਤ ਜ਼ਿਆਦਾ ਨਾ ਈਜ਼ੀ ਲਿਰਿਕਸ ਜਿਹਨੂੰ ਕਹਿ ਸਕਦੇ ਨਾ ਆਪਾਂ, ਕਿ ਕੋਈ ਵੀ ਬੰਦਾ ਬੜਾ ਈਜ਼ੀਲੀ ਉਸਦੇ ਨਾਲ ਰਿਲੇਟ ਕਰ ਸਕਦਾ, ਬੜਾ ਈਜ਼ੀਲੀ ਉਹਨਾਂ ਚੀਜ਼ਾਂ ਨੂੰ ਅਸਲੀ ਜ਼ਿੰਦਗੀ 'ਚ ਦੇ ਹੁੰਦੇ ਦੇਖ ਸਕਦਾ ਹੈ ਨਾ ਉਦੋਂ ਦੀ ਚੀਜ਼ਾਂ 'ਤੇ। ਇੱਦਾਂ ਦੇ ਗਾਣੇ ਨਾ ਵਾਕਈ ਵਧੀਆ ਲੱਗਦੇ, ਮੈਨੂੰ ਪਰਸਨਲੀ ਵਧੀਆ ਲੱਗਦੇ ਆ। ਸੋ ਗਾਇਜ਼ ਪਲੀਜ਼ ਚੈੱਕ ਆਊਟ ਗੈਵੀ ਮਾਨ, ਲੌਂਗ ਟਾਈਮ ਨੋ ਸੀ, ਜਾ ਕੇ ਸਰਚ ਕਰਕੇ ਦੇਖ ਕੇ ਆਓ, ਠੀਕ ਆ? ਅਤੇ ਦੱਸ ਕੇ ਆਓ ਬਾਈ ਨੂੰ ਕਿ ਆਪਾਂ ਆਕਾਸ਼ ਕੁਮਾਰ ਬਾਈ ਦੇ ਚੈਨਲ ਤੋਂ ਆਏ ਹਾਂ, ਠੀਕ ਆ? ਸਤਿ ਸ਼੍ਰੀ ਅਕਾਲ।